ਹੁਸ਼ਿਆਰਪੁਰ ਦੇ ਘੰਟਾ ਘਰ ਨਜ਼ਦੀਕ ਪੁਰਾਣੀ ਸਬਜ਼ੀ ਮੰਡੀ 'ਚ ਅੱਜ ਸਵੇਰੇ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਦੇ ਅਧਿਕਾਰੀ ਅਤੇ DSP ਸਿਟੀ ਪਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 30 ਸਾਲ ਦੇ ਕਰੀਬ ਹੈ, ਜੋ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ। ਜਾਣਕਾਰੀ ਦਿੰਦਿਆਂ DSP ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਉਸਦੇ ਪਰਿਵਾਰ ਵੱਲੋਂ ਲਿਖਵਾਈ ਗਈ ਸੀ ਤੇ ਗੁਰਪ੍ਰੀਤ ਕੱਲ੍ਹ ਤੋਂ ਹੀ ਆਪਣੇ ਘਰ 'ਚੋਂ ਗਾਇਬ ਸੀ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਉਸਦੇ ਰਿਸ਼ਤੇਦਾਰ ਵੱਲੋਂ ਕੀਤੀ ਗਈ ਹੈ ਤੇ ਉਸ ਮੁਤਾਬਕ ਮ੍ਰਿਤਕ ਡਿਪਰੈਸ਼ਨ ਦਾ ਸ਼ਿਕਾਰ ਸੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰਖਵਾ ਦਿੱਤੀ ਗਈ ਹੈ। ਹੁਸ਼ਿਆਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਅੱਜ ਇੱਕ ਇਨਫੋਰਮੇਸ਼ਨ ਸਾਨੂੰ ਆਈ ਸੀਗੀ ਕਿ ਜਿਹੜੀ ਪੁਰਾਣੀ ਸਬਜ਼ੀ ਮੰਡੀ ਹੈਗੇ ਉੱਥੇ ਇੱਕ ਡੈੱਡ ਬੋਡੀ ਜਿਹੜੀ ਹੈ ਪਈ ਹੋਈ ਹੈ ਨੌਜਵਾਨ ਦੀ, ਅਤੇ ਅਸੀਂ ਜਿਹੜੇ ਹੈਗੇ ਮੈਂ ਅਤੇ SHO ਮਾਲਟੋਂ ਅਤੇ ਸਿਟੀ ਇੱਥੇ ਮੌਕੇ 'ਤੇ ਪੁੱਜੇ ਸੀਗੇ। ਇਹ ਜਿਹੜਾ ਜਿਹਦੀ ਡੈੱਡ ਬੋਡੀ ਪਈ ਹੈ ਇਹਦਾ ਨਾਂ ਜਿਹੜਾ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਕਲਿਆ, ਅਤੇ ਇਹ ਗੁਰਦਾਸਪੁਰ ਦੇ ਵਿੱਚ ਘੁਮਾਣ ਥਾਣੇ ਦੇ ਵਿੱਚ ਪਿੰਡ ਪੈਂਦਾ ਇਹਦਾ, ਅਤੇ ਇਹਦੇ ਘਰ ਦੇ ਜਿਹੜੇ ਹੈਗੇ ਆ ਗਏ ਹੋਏ ਆ, ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਮੈਂਟਲੀ ਥੋੜ੍ਹਾ ਜਿਹਾ ਠੀਕ ਨਹੀਂ ਸੀਗਾ ਅਤੇ ਡਿਪਰੈਸ਼ਨ ਦੇ ਵਿੱਚ ਸੀਗਾ, ਕੋਈ ਕਾਰੋਬਾਰ ਸੀ ਉਹਦੇ ਵਿੱਚ ਜਿਹੜਾ ਇਹਨੂੰ ਘਾਟਾ ਕਾਫੀ ਪੈ ਗਿਆ ਸੀਗਾ, ਅਤੇ ਡੈੱਡ ਬੋਡੀ ਦੇ ਵਿੱਚ ਕੋਈ ਨਿਸ਼ਾਨ ਨਹੀਂ ਹੈਗਾ, ਕੋਈ ਮਤਲਬ ਕੋਈ ਸ਼ੱਕ ਜ਼ਾਰ ਕਿਸੇ 'ਤੇ ਨਹੀਂ ਕਰਦੇ ਆ, ਜੋ ਕਾਰਵਾਈ ਬਿਆਨ ਲਿਖਾਉਣਗੇ ਉਸ ਮੁਤਾਬਕ ਜਿਹੜਾ ਕਾਰਵਾਈ ਕੀਤੀ ਜਾਊਗੀ। ਹਰਪਾਲ ਸਿੰਘ, ਇਹ ਕਿੱਦਾਂ ਹੋਇਆ ਸਾਰਾ ਮਾਮਲਾ? ਇਹ ਨਾ ਸਰ ਦਿਮਾਗੀ ਟੈਨਸ਼ਨ ਹੀ ਇਹਦੇ, ਅਤੇ ਮੰਨ ਲਓ ਕੱਲ੍ਹ ਘਰੋਂ ਮੋਟਰਸਾਈਕਲ ਬਣਾਉਣ ਵਾਸਤੇ ਨਿਕਲਿਆ 3:30 ਵਜੇ, ਅਤੇ ਫਿਰ ਅਸੀਂ ਪੂਰੀ ਕਾਰਵਾਈ ਕੀਤੀ, ਆਪਣੇ ਘੁਮਾਣ ਥਾਣੇ ਰਿਪੋਰਟ ਵੀ ਦਿੱਤੀ ਹੋਈ ਸੀ, ਅਤੇ ਅਸੀਂ ਆਪਣੇ ਰਾਤ 12 ਵਜੇ ਤੱਕ ਲੱਭਦੇ ਰਹੇ, ਸਾਨੂੰ ਨਹੀਂ ਲੱਭਿਆ, ਅਤੇ ਸਵੇਰੇ ਸਾਨੂੰ ਪਤਾ ਲੱਗਾ ਕਿ ਹੁਸ਼ਿਆਰਪੁਰ ਆ, ਫਿਰ ਉੱਥੇ ਮਗਰ ਪਹੁੰਚੇ। ਇਹਨਾਂ ਦਾ ਆਪਣੇ ਵਿਲੇਜ ਕੋਟਲੀ ਰੇਲ, ਅਤੇ ਆਪਣੇ ਤਹਿਸੀਲ ਹੈਗਾ ਬਟਾਲਾ, ਡਿਸਟ੍ਰਿਕਟ ਗੁਰਦਾਸਪੁਰ। ਇੱਥੇ ਕਿੱਦਾਂ ਪਤਾ ਲੱਗਾ ਕੁਛ? ਨਹੀਂ, ਇੱਥੇ ਫੋਨ 'ਤੇ ਹੀ ਪਤਾ ਲੱਗਾ, ਮਤਲਬ ਇਹਦਾ ਹੀ ਫੋਨ ਚੁੱਕਿਆ ਕਿਸੇ ਨੇ, ਫਿਰ ਨੰਘ ਦੇ ਰਾਹੀਂ ਨੇ ਕਿਸੇ ਨੇ ਚੁੱਕ ਲਿਆ ਕਿ ਮਤਲਬ ਇੱਥੇ ਪਿਆ ਵਾ। ਨਸ਼ਾ ਕੋਈ ਨੀ ਕਰਦਾ, ਇਹ ਤੇ ਗਰੰਟੀ ਆ ਨਾ ਆਪਣੀ, ਕੋਈ ਨਸ਼ਾ ਨੀ ਕਰਦਾ, ਕਿਸੇ ਤੇ ਨੀ ਭਾਜੀ, ਕਿਸੇ ਤੇ ਸ਼ੱਕ ਨੀ ਹੈਗਾ ਆਪਾਂ ਨੂੰ, ਹਾਂਜੀ ਦਿਮਾਗੀ ਟੈਨਸ਼ਨ ਨਹੀਂ ਬਸ। We are a multicultural network community. We groom competent global citizens to effect positive change around them.